ਅੱਜ ਅਸੀਂ ਪਿੰਡ ਪਾਖਰਪੁਰਾ ਦੇ ਵਿੱਚ ਪਹੁੰਚੇ ਹਾਂ HRP ਹੈਲਥ ਰੇਵਾ ਪ੍ਰੋਡਕਟ ਦੀ ਟੀਮ ਸਮੇਤ। ਇੱਥੇ ਸਾਡੇ ਭੈਣ ਜੀ ਨੇ ਜਿਨ੍ਹਾਂ ਨੂੰ ਕੁਝ ਪ੍ਰੋਬਲਮ ਸੀਗੀ ਉਹਨਾਂ ਨੇ HRP ਦੇ ਪ੍ਰੋਡਕਟ ਜਿਹੜੇ ਨੇ ਯੂਜ ਕੀਤੇ ਆ। ਆਓ ਭੈਣ ਜੀ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਭੈਣ ਜੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਅਤੇ ਉਹ ਕਿੰਨਾ ਚਿਰ HRP ਦੇ ਪ੍ਰੋਡਕਟ ਯੂਜ ਕੀਤੇ ਅਤੇ ਕਿਵੇਂ ਠੀਕ ਹੋਏ। ਸਤਿ ਸ਼੍ਰੀ ਅਕਾਲ ਭੈਣ ਜੀ, ਅਤੇ ਕੀ ਪ੍ਰੋਬਲਮ ਸੀ ਭੈਣ ਜੀ ਤੁਹਾਨੂੰ? ਮੇਰੇ ਬੱਚੇ ਦਾ ਨਿਚਰ ਸੌੜੀ ਤੇ ਇੱਕ ਗਲੇ ਵਿੱਚ ਗੁੱਡੀ ਸੀ ਜੀ। ਤੇ ਫਿਰ ਤੁਸੀਂ HRP ਦੇ ਪ੍ਰੋਡਕਟ ਚੂਜ ਕੀਤੇ ਨੇ? ਹਾਂਜੀ। ਅੱਛਾ ਜੀ, ਤੇ ਇਹ ਪ੍ਰੋਡਕਟ ਭੈਣ ਜੀ ਤੁਸੀਂ ਕਿੰਨਾ ਚਿਰ ਚੂਜ ਕੀਤੇ ਆ? 15-16 ਦਿਨ। 15-16 ਦਿਨ। ਤੇ 15-16 ਦਿਨਾਂ ਬਾਅਦ ਤੁਸੀਂ ਤੁਹਾਡੀ ਰਿਪੋਰਟ ਹੈ, ਪਹਿਲੀ ਤੁਹਾਡੀ ਰਿਪੋਰਟ ਹੈ? ਹਾਂਜੀ ਭਾਜੀ। ਆ ਠੀਕ ਹੈ ਜੀ, ਤੇ ਇਸ ਤੋਂ ਬਾਅਦ ਦੂਜੀ ਰਿਪੋਰਟ ਕਰਵਾਈ ਤੁਸੀਂ? ਹਾਂਜੀ, ਆ ਤੁਹਾਡੀ ਰਿਪੋਰਟ ਸਭ ਤੋਂ ਕਲੀਅਰ ਹੈ। ਠੀਕ ਹੈ, ਇਸ ਰਿਪੋਰਟ ਦੇ ਵਿੱਚ ਜਿਹੜੀ ਆ ਤੁਹਾਡੀਆਂ ਗਿਲਟੀਆਂ ਵੀ ਕਲੀਅਰ ਹੋ ਗਈਆਂ ਨੇ ਤੇ ਨਾਲ ਤੁਹਾਡੀ ਜਿਹੜੀ ਆ ਰਸੌਲੀਆਂ ਵੀ ਕਲੀਅਰ ਹੋ ਗਈਆਂ ਨੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਕਿਉਂਕਿ ਭੈਣ ਜੀ ਹੋਣਾਂ ਨੇ HRP ਦੇ ਪ੍ਰੋਡਕਟ ਯੂਜ ਕੀਤੇ ਅਤੇ ਉਹਦੇ ਨਾਲ ਇਹਨਾਂ ਦੀਆਂ ਰਸੌਲੀਆਂ ਬੱਚੇਦਾਨੀ ਦੀਆਂ ਅਤੇ ਗਿਲਟੀ ਜਿਹੜੀ ਧੋਣ ਦੇ ਵਿੱਚ ਲਾਗੇ ਗਲ ਦੇ ਲਾਗੇ ਗਿਲਟੀ ਸੀਗੀ ਉਹ ਵੀ ਠੀਕ ਹੋ ਗਈ ਹੈ। ਰਿਪੋਰਟਾਂ ਸਮੇਤ ਇਹਨਾਂ ਨੇ ਭੈਣ ਜੀ ਹੋਣਾਂ ਨੇ ਗੱਲ ਕੀਤੀ ਹੈ ਜੀ, ਸਾਰਿਆਂ ਦਾ ਧੰਨਵਾਦ।